ਕੋਈ ਵਾਰ ਵਾਰ ਲੰਘਦਾ ਹੈ ਤੁਹਾਡੇ ਅੰਦਰ, ਆਉਂਦਾ ਹੈ ਪਰਤ ਜਾਂਦਾ ਹੈ, ਆਉਣ ਜਾਣ ਨਾਲ ਲਤੜਿਆ ਜਾਂਦਾ ਹੈ ਤੁਹਾਡਾ ਮਨ, ਮਿੱਧਿਆ ਜਾਂਦਾ ਹੈ ਆਪਣਾ ਆਪ। ਰੂਹ ਅਤੇ ਰਾਹ 'ਤੇ ਤੁਹਾਡੀ ਦੇਹ ਦੀ ਮਿੱਟੀ ਇੰਨੀ ਕੁ ਮਿੱਧੀ ਜਾਂਦੀ ਹੈ ਕਿ ਧੂੜ ਬਣ ਕੇ ਉੱਡਣ ਲੱਗਦੀ ਹੈ। ਤੁਸੀਂ ਫੇਰ ਨਾ ਚਾਹੁੰਦੇ ਹੋਏ ਉੱਧਰ ਨੂੰ ਤੁਰ ਪੈਂਦੇ ਹੋ ਜਿੱਥੇ ਤੁਹਾਨੂੰ ਤੋੜਿਆ ਜਾਂਦਾ ਹੈ। ਕੁਝ ਰਾਹਾਂ 'ਤੇ ਤੁਸੀਂ ਟੁੱਟਣ ਲਈ ਤੁਰਦੇ ਹੋ, ਫੇਰ ਤੋਂ ਜੋੜਨ ਲੱਗਦੇ ਹੋ ਆਪਣਾ ਆਪ, ਅਤੇ ਸ਼ਾਇਦ ਇਸੇ ਨੂੰ ਕਹਿੰਦੇ ਨੇ ਪਿਆਰ ਕਰਨਾ, ਆਪਣੇ ਆਪ ਨੂੰ ਤਪਾਉਣਾ, ਆਪਣੇ ਆਪ ਨੂੰ ਟੁੱਟਣ ਦੇਣਾ, ਆਪਣੇ ਆਪ ਨੂੰ ਮਿੱਧਣ ਦੇਣਾ, ਟੁਕੜੇ ਹੋਣ ਦੇਣਾ ਅਤੇ ਸ਼ਿਕਾਇਤ ਨਾ ਕਰਨਾ। ਕੁਝ ਲੋਕ ਇਸ ਤਰ੍ਹਾਂ ਵੀ ਸੰਤ ਹੁੰਦੇ ਨੇ, ਇਹ ਸਤਰਾਂ ਕਿਸੇ ਸੱਜਣ ਨੇ ਭੇਜੀਆਂ ਸਨ ਅਤੇ ਨਾਂ ਦੱਸਣ ਦੀ ਵੀ ਗੁਜਾਇਸ਼ ਕੀਤੀ ਸੀ। ਦੋਸਤੋ, ਇਹ ਸਤਰਾਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਇਹ ਦੱਸਣਾ ਜ਼ਰੂਰ। ਸ਼ੁਕਰੀਆ।